ਸਤਿ ਸ਼੍ਰੀ ਅਕਾਲ ਜੀ। ਵਧੀਆ ਸਿਨੇਮਾ ਆਪਾਂ ਮੰਨਦੇ ਹਾਂ ਜਦੋਂ ਕਿ ਸਿਨੇਮਾ ਦੇ ਵਿੱਚ ਕਮਰਸ਼ੀਅਲ ਮੂਵੀਜ਼ ਦੇ ਨਾਲ ਨਾਲ ਬਹੁਤ ਹੀ ਇਮੋਸ਼ਨਲ ਅਤੇ ਬਹੁਤ ਹੀ ਰਿਅਲਿਸਟਿਕ ਸਟੋਰੀਜ਼ ਵੀ ਹੋਣ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਉਹਦੇ ਵਿੱਚ ਕੁਛ ਵੀ ਬਨਾਉਟ ਜਾਂ ਕੁਛ ਵੀ ਮਤਲਬ ਕੋਈ ਐਕਟਿੰਗ ਕਰਦਾ ਇੱਦਾਂ ਨਾ ਫੀਲ ਹੁੰਦਾ ਹੋਵੇ, ਪਰ ਬਹੁਤ ਹੀ ਇਮੋਸ਼ਨਲ ਅਤੇ ਦਿਲ ਨੂੰ ਟੱਚ ਕਰਨ ਵਾਲੀਆਂ ਸਟੋਰੀਜ਼ ਹਨ। ਮੈਂ ਦੱਸਣਾ ਚਾਹੂੰਗੀ ਕਿ ਮੈਂ ਹੁਣੇ ਦੇਖ ਕੇ ਹਟੀ ਹਾਂ ਮੂਵੀ ਜਮਰਾਨ, ਚੌਪਾਲ ਟੀ ਵੀ 'ਤੇ ਅਵੇਲੇਬਲ ਹੈ। ਬਹੁਤ ਹੀ ਵਧੀਆ, ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਈ ਹੋਈ ਮੂਵੀ ਹੈ। ਮੈਂ ਇਹ ਮੂਵੀ 3 ਵਾਰੀ ਦੇਖੀ ਹੈ। ਹਾਂਜੀ, ਹੁਣ ਪੁੱਛੋਗੇ ਕਿਉਂ? ਕਿਉਂਕਿ ਐਜ਼ ਐਨ ਐਕਟਰ ਹੈ ਨਾ, ਮੈਨੂੰ ਲੱਗਦਾ ਵੀ ਜਦੋਂ ਅਸੀਂ ਮੂਵੀ ਦੇਖਦੇ ਹਾਂ ਅਸੀਂ ਡਿਫਰੈਂਟ ਤਰੀਕੇ ਨਾਲ ਦੇਖਦੇ ਹਾਂ। ਸਾਨੂੰ ਪਤਾ ਹੁੰਦਾ ਕਿ ਇਹ ਜਿਹੜੇ ਕੈਰੇਕਟਰਸ ਨੇ ਇਹ ਸਾਰੇ ਐਕਟਿੰਗ ਕਰ ਰਹੇ ਨੇ, ਇਹਨਾਂ ਨੇ ਜਿਹੜੀ ਸਟੋਰੀ ਲਿਖੀ ਹੋਈ ਹੈ, ਜਿਹੜੇ ਡਾਇਲੋਗਸ ਲਿਖੇ ਹੋਏ ਨੇ ਇਹ ਉਹ ਬੋਲ ਰਹੇ ਨੇ, ਪਰ ਇਨਸਪਾਇਰ ਆਫ ਬੀਇੰਗ ਐਨ ਐਕਟਰ, ਇਨਸਪਾਇਰ ਆਫ ਨੋਇੰਗ ਐਵਰੀਥਿੰਗ, ਤੁਹਾਨੂੰ ਮੂਵੀ ਦੇਖਦੇ ਹੋਏ ਰੋਣਾ ਆ ਜਾਵੇ। ਓ ਮਾਈ ਗਾਡ, ਤਾਂ ਦੈਟ ਮੀਨਸ ਕਿ ਬਹੁਤ ਹੀ ਵਧੀਆ ਲਿਖੀ ਹੋਈ ਮੂਵੀ ਹੈ ਅਤੇ ਬਹੁਤ ਹੀ ਸੋਹਣੀ ਡਾਂਟ ਕੀਤੀ ਹੋਈ ਮੂਵੀ ਹੈ। ਔਰ ਮੈਨੂੰ 3 ਵਾਰੀ ਰੋਣਾ ਆਇਆ। ਇਟ ਮੇਕਸ ਯੂ ਫੀਲ ਕਿ ਬਹੁਤ ਹੀ ਵਧੀਆ ਤਰ੍ਹਾਂ ਬਣਾਈ ਹੋਈ ਹੈ। ਔਰ ਮੈਂ ਬਹੁਤ ਹੀ ਵਧਾਈ ਦੇਣੀ ਚਾਹੂੰਗੀ ਜੀ ਮੂਵੀ ਦੇ ਰਾਈਟਰ ਨੂੰ ਔਰ ਕੈਪਟਨ ਆਫ ਦਾ ਸ਼ਿਪ ਨਵਤੇਜ ਸੰਧੂ ਜੀ ਨੂੰ, ਜਿਨ੍ਹਾਂ ਨੇ ਇਹ ਇੰਨੀ ਖੂਬਸੂਰਤੀ ਨਾਲ ਡਾਇਰੈਕਟ ਕੀਤੀ ਹੈ ਕਿ ਦੇਖ ਕੇ ਤੁਹਾਡੇ ਦਿਲ 'ਤੇ ਸਿੱਧੀ ਹਿੱਟ ਕਰਦੀ ਹੈ, ਹਰ ਇਮੋਸ਼ਨ ਤੁਹਾਨੂੰ ਫੀਲ ਹੁੰਦੀ ਹੈ। ਔਰ ਸਾਰੇ ਜਿਹੜੇ ਐਕਟਰਸ ਨੇ ਉਹਨਾਂ ਨੇ ਇੰਨੀ ਖੂਬਸੂਰਤੀ ਨਾਲ ਆਪਣੇ ਕਿਰਦਾਰ ਨਿਭਾਏ ਨੇ, ਕੁਲਜਿੰਦਰ ਸਿੱਧੂ ਜੀ, ਆਸ਼ੀਸ਼ ਦੁੱਗਲ ਜੀ ਅਤੇ ਔਫਕੋਰਸ ਦੀ ਦਸ ਸਰਦਾਰ ਸੋਹੀ ਜੀ। ਅਤੇ ਨਾਲ ਦੀ ਨਾਲ ਮੈਂ ਵਧਾਈ ਦੇਣਾ ਚਾਹੂੰਗੀ ਜੀ ਹੈਰੀ ਬਰਾੜ ਜੀ ਨੂੰ, ਜਿਹੜੇ ਕਿ ਐਗਜ਼ੈਕਟਿਵ ਪ੍ਰੋਡਿਊਸਰ ਨੇ ਇਸ ਮੂਵੀ ਦੇ। ਇਸ ਕਿਸੇ ਵੀ ਸਬਜੈਕਟ ਨਾਲ ਜੁੜਨਾ, ਕਿਸੇ ਵੀ ਸਬਜੈਕਟ ਨੂੰ ਪਰਦੇ 'ਤੇ ਉਤਾਰਨਾ ਸੌਖਾ ਨਹੀਂ ਹੁੰਦਾ ਹੈ। ਔਰ ਇਹ ਡਾਇਰੈਕਟਰ ਦੀ ਬਹੁਤ ਹੀ ਕਾਮਯਾਬੀ ਹੈ ਕਿ ਉਹਨਾਂ ਨੇ ਸ਼ੁਰੂ ਤੋਂ ਐਂਡ ਤੱਕ ਇਮੋਸ਼ਨਸ, ਪੂਰਾ ਦਿਲ ਮੂਵੀ ਦੇ ਵਿੱਚ ਹੀ ਸਾਡਾ ਬਣਿਆ ਰਹਿੰਦਾ ਜਦ ਤੱਕ ਕਿ ਐਂਡ ਵੀ ਸਾਨੂੰ ਦੇਖਣ ਨੂੰ ਮਿਲਦਾ। ਔਰ ਮਤਲਬ 3 ਵਾਰੀ ਰੋਣਾ ਆ ਗਿਆ। ਇਟਸ ਰੀਅਲੀ ਵੈਰੀ ਵੈਰੀ ਗੁੱਡ। ਅਤੇ ਤੁਸੀਂ ਜੀ ਜ਼ਰੂਰ, ਮੈਂ ਚਾਹੂੰਗੀ ਕਿ ਤੁਸੀਂ ਇਹ ਮੂਵੀ ਜ਼ਰੂਰ ਦੇਖੋ। ਔਰ ਅਗੈਨ ਬਹੁਤ ਬਹੁਤ ਵਧਾਈ ਜੀ ਮੂਵੀ ਦੇ ਵਿੱਚ ਜਿੰਨੇ ਵੀ ਐਕਟਰਸ ਨੇ ਕੰਮ ਕੀਤਾ, ਸਾਰੀ ਪੂਰੀ ਟੀਮ ਨੂੰ, ਅਤੇ ਕੰਗ੍ਰੈਚੁਲੇਸ਼ਨਸ। ਕੀਪ ਅਪ ਦਾ ਗ੍ਰੇਟ ਵਰਕ, ਇਟਸ ਗ੍ਰੇਟ।